ਮਾਨ ਰਹਿਮ ਮੈਂ ਹਾਕਮ ਮਜੀਦ ਨੂੰ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਪਿਛਲੇ ਦੋ ਦਿਨਾਂ ਤੋਂ ਇਕਰਾਰ ﺍﻟ हसन ਸਾਹਿਬ ਦੇ ਬਾਰੇ ਔਰ ਪੀਰ ਹਕ ਖਤੀਬ ਦੇ ਬਾਰੇ ਬੜੀਆਂ ਖਬਰਾਂ ਚੱਲ ਰਹੀਆਂ ਨੇ ਜੀ ਸੋਸ਼ਲ ਮੀਡੀਆ ਤੇ ਤੇ ਉਹਨਾਂ ਇਕਰਾਰ ﺍﻟ हसन ਸਾਹਿਬ ਨੇ ਇੱਕ ਵੀਡੀਓ ਬਣਾਈ ਹੈ ਉਹ ਖੁਦ ਉਹਨਾਂ ਪੀਰ ਹਕ ਖਤੀਬ ਬੜਾ ਜਾਣੇ ਕੀ ਰੂਪਦਾਰ ਹੈ ਔਰ ਆਪਣਾ ਕੋਈ ਮਰੀਜ਼ ਉਹਨਾਂ ਬਣਾਇਆ ਹੈ ਮਤਲਬ ਜੈਲੀ ਤੇ ਉਹਦੇ ਮੂੰਹ ਦੇ ਵਿੱਚ ਕੁਲਗੜਦਿਆਂ ਨੇ ਜਾਂ ਪਤਾ ਨਹੀਂ ਕੀ ਯਾਨੀ ਕਿ ਜਿਵੇਂ ਉਹਨਾਂ ਉਹ ਕਰਦੇ ਨੇ ਹਾਕਤ ਖਤੀਬ ਸਾਹਿਬ ਉਸੇ ਤਰ੍ਹਾਂ ਉਹਨਾਂ ਕੀਤਾ ਤੇ ਵੇਖੋ ਹੁਣ ਉਹਨਾਂ ਦਾ 14 ਫਰਵਰੀ ਨੂੰ ਟਾਈਮ ਫਾਈਨਲ ਹੋ ਗਿਆ ਇਕਰਾਰ ਹੁਸਨ ਸਾਹਿਬ ਔਰ ਪੀਰ ਹਕ ਖਤੀਬ ਸਾਹਿਬ ਆਮਣੇ ਸਾਹਮਣੇ ਬੈ ਕੇ ਗੱਲ ਕਰ ਰਹੇ ਨੇ ਉਹ ਜਿਹੜਾ ਫੈਸਲਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੌਣ ਸੱਚਾ ਕੌਣ ਝੂਠਾ ਉਹ ਜਿਹੜਾ ਸੱਚਾ ਹੋਵੇਗਾ ਉਹ ਸੱਚਾ ਹੋਵੇਗਾ ਜਿਹੜਾ ਝੂਠਾ ਹੋਵੇਗਾ ਉਹ ਮਾਅਰਤ ਕਰੇਗਾ ਠੀਕ ਹੈ ਤੇ ਗੱਲ ਰਹੀ ਸਾਡੀ ਮੇਰੇ ਵਰਗੇ ਬੰਦਿਆਂ ਦੀ ਸਾਨੂੰ ਨਹੀਂ ਚਾਹੀਦਾ ਹੁਣ ਕੋਈ ਇਕਰਾਰ ਹੁਸਨ ਸਾਹਿਬ ਦੇ ਖਿਲਾਫ ਵੀਡੀਓ ਬਣਾ ਰਿਹਾ ਹੈ ਕੋਈ ਪੀਰ ਹਾਕ ਖਤੀਬ ਸਾਹਿਬ ਦੇ ਬਾਰੇ ਵਿੱਚ ਖਿਲਾਫ ਵੀਡੀਓ ਬਣਾ ਰਿਹਾ ਸਾਨੂੰ ਇਹ ਨਹੀਂ ਚਾਹੀਦਾ ਉਹ ਪੀਰ ਸਾਹਿਬ ਨੇ ਕਾਬਲੇ ਇਤਰਾਮ ਨੇ ਪੀਰ ਸੈਦ ਹਕ ਖਤੀਬ ਖਤੀਬ ਸ਼ਾਹ ਸਾਹਿਬ ਠੀਕ ਹੈ ਤੇ ਦੂਸਰਾ ਆਪਣਾ ਇਕਰਾਰ ﺍﻟ हसन ਸਾਹਿਬ ਇਕਰਾਰ ਭਾਈ ਦੀ ਤੁਸੀਂ ਕਿਵੇਂ ਇੰਨੀ ਜਲਦੀ ਇਹਸਾਨ ਭੁੱਲ ਗਏ ਹੋ ਮੈਨੂੰ ਇਹ ਦੱਸੋ ਜਰਾ ਉਹ ਕੁਮਾਰੀ ਜੀ ਗੱਲ ਉਹਨਾਂ ਕੋਲ ਚਲੋ ਇੱਕ ਮਿਸਾਲ ਹੈ ਤੁਹਾਡੇ ਬਕੌਲ ਗਲਤ ਹੋ ਵੀ ਗਈ ਤੇ ਤੁਸੀਂ ਪਿਛਲੀ ਕਿਵੇਂ ਭੁੱਲ ਗਏ ਹੋ ਹੁਣ ਜਿਹੜਾ ਜਿਹੜੇ ਵੀ ਯਾਨੀ ਕਿ ਹੋਣਗੇ 14 ਫਰਵਰੀ ਨੂੰ ਸਾਰਾ ਕੁਝ ਮਾਮਲੇ ਸਾਹਮਣੇ ਆ ਜਾਣਗੇ ਨਾ ਕੌਣ ਸੱਚਾ ਕੌਣ ਝੂਠਾ ਸਾਰਾ ਕੁਝ ਓਕੇ ਹੋ ਜਾਏਗਾ ਤੇ ਸਾਡਾ ਕੀ ਮਕਸਦ ਬਣਦਾ ਹੈ ਕੋਈ ਇਕਰਾਰ ਭਾਈ ਨੂੰ ਗਲਤ ਕਹਿ ਰਿਹਾ ਕੋਈ ਪੀਰ ਸਾਹਿਬ ਨੂੰ ਗਲਤ ਕਹਿ ਰਿਹਾ ਸਾਨੂੰ ਦੋਵਾਂ ਨੂੰ ਨਹੀਂ ਗਲਤ ਕਹਿਣਾ ਚਾਹੀਦਾ ਫੈਸਲੇ ਦਾ ਇੰਤਜ਼ਾਰ ਕਰੋ ਯਾਰ ਜਦੋਂ ਕੋਈ ਕਨਫਰਮ ਗੱਲ ਸਾਡੇ ਸਾਹਮਣੇ ਆਏਗੀ ਫਿਰ ਤੁਸੀਂ ਕਿਸੇ ਨੂੰ ਸਹੀ ਗਲਤ ਸਾਬਤ ਕਰੋ ਇਕਰਾਰ ਭਾਈ ਦੇ احسان ਭੁੱਲ ਗਏ ਹੋ ਕਿੰਨਾ ਅਰਸਾ ਹੋ ਗਿਆ ਸਾਡੇ ਪਾਕਿਸਤਾਨ ਵਿੱਚ ਜਲੀ ਪੀਰ ਫੜ ਰਿਹਾ ਉਹ ਤੁਸੀਂ ਇੱਕ ਮਿੰਟ ਚ ਬੁਲਾ ਦਿੱਤਾ ਮੈਂ ਨਹੀਂ ਕਹਿ ਰਿਹਾ ਕਿ ਪੀਰ ਸਾਹਿਬ ਗਲਤ ਨਹੀਂ ਕਹਿ ਰਿਹਾ ਮੈਂ ਕਦੀ ਵੀ ਜਦੋਂ ਤੱਕ ਕੋਈ ਕਨਫਰਮ ਗੱਲ ਨਹੀਂ ਹੋ ਜਾਂਦੀ ਮੈਂ ਨਹੀਂ ਕਹਿ ਰਿਹਾ ਕਿ ਪੀਰ ਸਾਬ ਗਲਤ ਨੇ 14 ਫਰਵਰੀ ਦਾ ਟਾਈਮ ਇਕਰਾਰ ਭਾਈ ਨੇ ਕਬੂਲ ਕੀਤਾ ਉਹਨਾਂ ਨੇ ਵੀ ਕਬੂਲ ਕੀਤਾ ਠੀਕ ਹੈ 14 ਫਰਵਰੀ ਨੂੰ ਜਿਹੜਾ ਫੈਸਲਾ ਆਇਆ ਸਾਹਮਣੇ ਆ ਜਾਏਗਾ ਲੇਕਿਨ ਤੂੰ ਸਾਸਾ ਕੋਣ ਹੈ ਹੁਣ ਕੋਈ ਇਕਰਾਰ ਭਾਈ ਭਾਈ ਦੇ ਜਿਹੜੇ ਖਿਲਾਫ ਗੱਲਾਂ ਕਰ ਰਿਹਾ ਉਹ ਭੁੱਲ ਗਿਆ ਇਕਰਾਰ ਭਾਈ ਦੇ ਆਸਾਨ ਤੇ ਪੀਰ ਸਾਹਿਬ ਦੇ ਖਿਲਾਫ ਜਿਹੜੇ ਗੱਲਾਂ ਕਰ ਰਹੇ ਨੇ ਤੁਸੀਂ ਫਟਾਫਟ ਕਿਵੇਂ ਕਰ ਇਕਰਾਰ ਭਾਈ ਅਜੇ ਉਹਨਾਂ ਨੂੰ ਮਿਲਣ ਜਾ ਰਹੇ ਨੇ 14 ਫਰਵਰੀ ਨੂੰ ਕਹਿੰਦੇ ਮੇਰਾ ਗੱਲ ਕਰਨ ਦਾ ਮਕਸਦ ਹੈ ਦੋਵਾਂ ਨੂੰ ਗਲਤ ਨਾ ਕਹੋ ਉਹਨਾਂ ਨੂੰ ਆਪਸ ਵਿੱਚ ਫੈਸਲਾ ਕਰ ਲੈਣ ਦਿਓ ਫਿਰ ਕੋਈ ਕਿਸੇ ਮੁੱਦੇ ਤੇ ਪਹੁੰਚੋ ਤੁਸੀਂ ਤੁਸੀਂ ਆਪਣੇ ਐਵੇਂ ਚੰਦ ਵਿਊਜ਼ ਲੈਣ ਦੀ ਖਾਤਰ ਐਵੇਂ ਖਾਮ ਖਾ ਕਿਸੇ ਤੋਂ ਤਮਤ ਲਾ ਰਹੇ ਹੋ ਇਕਰਾਰ ਭਾਈ ਦੇ ਖਿਲਾਫ ਜਿਹੜੇ ਬੰਦੇ ਗੱਲਾਂ ਕਰ ਰਹੇ ਨੇ ਉਹਨਾਂ ਕੋਲ ਮੈਂ ਜ਼ਰੂਰ ਪੁੱਛਣਾ ਚਾਹਨਾ ਯਾਰ ਕਿ ਤੁਸੀਂ ਪਿਛਲੇ ਅਸਾਨ ਭੁੱਲ ਗਏ ਹੋ ਇਕਰਾਰ ਭਾਈ ਦੇ ਯਕੀਨ ਕਰੋ ਆਪਣੀਆਂ ਲੱਤਾਂ ਬਾਹਾਂ ਦੀ ਪਰਵਾਹ ਨਾ ਕਰਕੇ ਉਹਨੇ ਸਾਡੇ ਪਾਕਿਸਤਾਨ ਦੀ حفاظت ਕੀਤੀ ਸਾਡੇ ਪਾਕਿਸਤਾਨ ਦੀਆਂ ਬੱਚੀਆਂ ਦੀ حفاظت ਕੀਤੀ ਹੈ ਉਹ ਤੁਸੀਂ ਚੀਜ਼ਾਂ ਕਿਵੇਂ ਬੁਲਾ ਦਿੱਤੀਆਂ ਫਟਾਫਟ ਇੱਕ ਮਿਲਿਟਰੀ ਲਾ ਦੂ ਸਾਰਾ ਕੁਝ ਬੁਲਾ ਦਿੱਤਾ ਔਰ ਇਕਰਾਰ ਭਰਾਈ ਦੇ ਖਿਲਾਫ ਗੱਲਾਂ ਕਰਨੇ ਸ਼ੁਰੂ ਕਰ ਦੇ ਦਿੱਤੇ ਦੋਸਾਂ ਯਾਰ ਪਿੱਛੇ ਜਾ ਕੇ ਇਸਰੀ ਵੇਖੋ ਤੁਸੀਂ ਇਕਰਾਰ ਭਾਈ ਦੀ ਉਹਨੇ ਆਪਣੇ ਬਾਜ਼ੂ ਤੜਵਾਏ ਨੇ ਇਹ ਕਿ ਕੋਰੋਨਾ ਆਪਣੇ ਸਿਰ ਪੜਵਾਏ ਨੇ ਉਹਨੇ ਮਾਰਾਂ ਖਾਦੀਆਂ ਨੇ ਉਹਨੇ ਚੰਡਾਂ ਖਾਦੀਆਂ ਨੇ ਸਾਡੇ ਪਾਕਿਸਤਾਨ ਦੀਆਂ ਬੱਚੀਆਂ ਦੀ ਇੱਜ਼ਤਾਂ ਬਚਾਉਣ ਦੀ ਖਾਤਰ ਜੇਲੀ ਪੀਰਾਂ ਕੋਲੋਂ ਠੀਕ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਪੀਰ ਸਾਹਿਬ ਵੀ ਗਲਤ ਨੇ ਅਜੇ ਫੈਸਲਾ ਆ ਲੈਣ ਦਿਓ ਜਦੋਂ ਕੋਈ ਫੈਸਲਾ ਆਏਗਾ फिर किसी मुद्दे पर पहुँचना इन शाला जोड़ा फैसला आएगा वो भी थोड़ा भाई थोड़े न शेयर करेगा तो मेरे चैनल में जरूर सबसक्राइब कर लो तो लिहाजा इस चीज़ों तो को जरूर अरेज़ करो यार एवं बिला वजह किसी को गलत कह देना हजे फैसला कोई कन्फर्म होकरार उल हसन साहब ने चौदह फरवरी का उन्होंने टाइम फाइनल कर रहे चौदह फरवरी इन शाला आमने सामने पीर हक खतीब और अपना इकरार उल हसन साहब जोड़े ने आमने सामने आन गए बह के जी गल् हो कौन सचा कौन जूटा दुद दुद्ध और पानी का पानी हो जाएगा ना यार ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅੱਲਾ ਹਾਫਿਜ਼